ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਆਂਗਨਵਾੜੀ ਵਰਕਰਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਅੱਜ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਮਾਰਿਆ ਅਤੇ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਆਪਣੀਆਂ ਮੰਗਾਂ ਬਾਰੇ ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੇ 1500 ਰੁਪਏ ਦਾ ਵਾਅਦਾ ਕਰਕੇ ਉਹਨਾਂ ਨਾਲ ਭੱਦਾ ਮਜ਼ਾਕ ਕੀਤਾ ਹੈ ਕਿਉਂਕਿ ਇੱਕ ਦਿਹਾੜੀਦਾਰ ਵੀ 300 ਰੁਪਏ ਦੀ ਦਿਹਾੜੀ ਲੈਂਦਾ ਹੈ ਪਰ ਆਂਗਨਵਾੜੀ ਵਰਕਰਾਂ ਨੂੰ ਸਰਕਾਰ ਵੱਲੋਂ ਕੁਝ ਵੀ ਨਹੀਂ ਮਿਲ ਰਿਹਾ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਾ ਮੰਨਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰ ਦੇਣਗੇ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸੈਂਕੜੇ ਆਂਗਨਵਾੜੀ ਵਰਕਰਾਂ ਨੇ ਹੜਤਾਲ ਤੇ ਬੈਠਦਿਆਂ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਪ੍ਰਿੰਸੀਪਲ ਨਰਸਰੀ ਕਲਾਸਾਂ ਦਾ ਕੰਮ ਕਰ ਰਹੀਆਂ ਸਨ ਪਰ ਸਰਕਾਰ ਵੱਲੋਂ ਆਂਗਨਵਾੜੀ ਵਰਕਰਾਂ ਕੋਲੋਂ ਉਕਤ ਕੰਮ ਖੋਹ ਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦੇ ਕੇ ਉਹਨਾਂ ਨੂੰ ਬੇਰੁਜ਼ਗਾਰ ਕਰਨ ਦੀ ਨੀਤੀ ਅਪਣਾਈ ਹੋਈ ਹੈ। ਵਰਕਰਾਂ ਵੱਲੋਂ ਸਰਕਾਰ ਕੋਲੋਂ ਘੱਟੋ ਘੱਟ 24,000 ਰੁਪਏ ਦੀ ਮੰਗ ਕੀਤੀ ਗਈ। ਹਾਂਜੀ, ਅੱਜ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀਆਂ ਸੱਦੇ ਦੇ ਉੱਤੇ ਇੱਥੇ ਸਾਰੇ ਜ਼ਿਲ੍ਹੇ ਦੀਆਂ ਵਰਕਰਾਂ ਜਿਹੜੀਆਂ ਅਸੀਂ ਇਕੱਠੀਆਂ ਹੋਈਆਂ ਵਰਕਰਾਂ ਹੈਲਪਰਾਂ ਦਾ ਇੱਥੇ ਆ। ਇਹ ਅਸੀਂ ਸੈਂਟਰ ਸਰਕਾਰ ਨੇ ਸਾਡੇ ਮਾਣ ਪੱਤੇ ਦੇ ਵਿੱਚ ਨਿਗੁਣਾ ਜਿਹਾ ਵਾਅਦਾ ਕੀਤਾ ਵਾ, ਉਸ ਦੇ ਵਿਰੋਧ ਦੇ ਵਿੱਚ ਅਸੀਂ ਸਾਨੂੰ ਉਹ ਜਿਹੜਾ ਵਾਅਦਾ ਉਹ ਮਨਜ਼ੂਰ ਨਹੀਂ, ਅਸੀਂ ਉਸ ਵਿਰੋਧ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ ਹਾਂ ਅਤੇ ਅਸੀਂ ਪਹਿਲਾਂ ਬਲਾਕ ਲੈਵਲ ਦੇ ਉੱਤੇ ਇਕੱਠ ਕਰਕੇ ਅਤੇ ਆਪਣੇ ਮੰਗ ਪੱਤਰ ਭੇਜਿਆ ਸੀਗਾ ਪ੍ਰਧਾਨ ਮੰਤਰੀ ਦੇ ਨਾਮ ਦੇ ਉੱਤੇ, ਹੁਣ ਅਸੀਂ ਡੀਸੀ ਲੈਵਲ ਦੇ ਉੱਤੇ ਇੱਥੇ ਭੇਜ ਰਹੇ ਹਾਂ ਡੀਸੀ ਸਾਹਿਬ ਨੂੰ ਜ਼ਿਲ੍ਹਾ ਲੈਵਲ ਦੇ ਉੱਤੇ, ਉਸ ਤੋਂ ਬਾਅਦ ਅਸੀਂ ਜਿਹੜਾ ਵਾ ਦਿੱਲੀ ਜਾ ਰਹੇ ਹਾਂ। ਸਾਡੀ ਸਭ ਤੋਂ ਪਹਿਲਾਂ ਤਾਂ ਇਹ ਮੰਗ ਹੈ ਕਿ ਸਾਨੂੰ ਜਿਹੜਾ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਜਿੰਨਾ ਚਿਰ ਸਾਨੂੰ ਪ੍ਰੀ ਨਰਸਰੀ ਟੀਚਰ ਨਹੀਂ ਬਣਾਇਆ ਜਾਂਦਾ ਉਹਨਾਂ ਚਿਰ ਸਾਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ ਕੇ 24,000 ਰੁਪਇਆ ਵਰਕਰ ਨੂੰ ਅਤੇ 18,000 ਰੁਪਇਆ ਜਿਹੜਾ ਹੈਲਪਰ ਨੂੰ ਦਿੱਤਾ ਜਾਵੇ। ਉਹ ਸਰ ਬਹੁਤ ਨਿਗੂਣਾ ਵਾਅਦਾ ਕੀਤਾ, ਉਹ ਵਾਅਦਾ ਜਿਹੜਾ ਉਹ ਤਾਂ ਇੱਕ ਹੱਸੋ ਹੋਣ ਵਾਲੀ ਗੱਲ ਸੀਗੀ, ਜਿਹੜਾ ਉਹ ਵਾਅਦਾ ਉਹ ਸਾਨੂੰ ਮਨਜ਼ੂਰ ਨਹੀਂ ਗਾ, ਇੰਨਾ ਘੱਟ ਉੱਤੇ ਅਸੀਂ ਕੋਈ ਵੀ ਗੁਜ਼ਾਰਾ ਨਹੀਂ ਕਰ ਸਕਦਾ ਮੁਲਾਜ਼ਮ। ਸਾਡੇ ਕੋਲ 3 ਤੋਂ 6 ਸਾਲ ਦੇ ਬੱਚੇ ਜਿਹੜੇ ਸੀ ਉਹ ਸੈਂਟਰ ਸਕੂਲਾਂ ਨੂੰ ਲੈ ਲਿਆ ਨਰਸਰੀ ਕਲਾਸ ਵਾਲੇ, ਅਤੇ ਇਹ ਅਸੀਂ ਵੀ ਚਾਹੁੰਦੇ ਹਾਂ ਕਿ ਨਾਲ ਜਿਹੜੇ ਸਾਡੇ ਬੱਚੇ ਇਹ 'ਚ ਤੁਰੰਤ ਫੈਸਲਾ ਕੀਤਾ ਜਾਵੇ ਤਾਂ, ਅਤੇ ਜਿਹੜੇ ਸਾਡੇ ਬੱਚੇ ਆ ਸਾਨੂੰ ਵਾਪਸ ਕੀਤੇ ਜਾਣ, ਕਿਉਂਕਿ ਇਹ ਇੱਕ ਸਰਕਾਰ ਨੇ ਨਾ ਪਾਲਿਸੀ ਬਣਾਈ ਹੋਈ ਹੈ ਕਿ ਟੀਚਰਾਂ ਨੂੰ ਅਤੇ ਆਂਗਨਵਾੜੀ ਵਰਕਰ ਨੂੰ ਲੜਾਉਣ ਦੀ, ਇਹੋ ਹੀ ਬੱਚੇ ਜਿਹੜੇ ਸਾਡੇ ਕੋਲ ਆ ਰਹੇ ਉਹ ਹੀ ਉਹਨਾਂ ਨੇ ਆ ਰਹੇ, ਪਰ ਉੱਪਰਲੇ ਲੈਵਲ 'ਤੇ ਫੈਸਲਾ ਇਹ ਹੋ ਗਿਆ ਸੀਗਾ ਕਿ ਆਂਗਨਵਾੜੀ ਵਿੱਚ ਬੱਚੇ ਆਉਣਗੇ 3 ਤੋਂ 6 ਸਾਲ ਦੇ ਔਰ ਟੀਚਰ 1 ਘੰਟਾ ਆ ਕੇ ਪੜ੍ਹਾਇਆ ਜਾਊ। ਇਹਦੇ ਬਾਵਜੂਦ ਹੀ ਹਾਲੇ ਕਿ ਪੰਜਾਬ ਸਰਕਾਰ ਨੇ ਇਹ ਕੋਈ ਫੈਸਲਾ ਨਹੀਂ ਲਿਆ, ਉਹ ਬੱਚੇ ਆਪਣੇ ਕੋਲ ਹੀ ਬਿਠਾਈ ਬੈਠੇ ਆ, ਸਾਡੇ ਕੋਲ ਬੱਚਿਆਂ ਦੀ ਜਿਹੜੀ ਗਿਣਤੀ ਉਹ ਬਹੁਤ ਘੱਟ ਗਈ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੋ ਉੱਪਰਲੇ ਲੈਵਲ ਦਾ ਫੈਸਲਾ ਆ ਉਹ ਦੁਬਾਰਾ ਤੁਰੰਤ ਲਾਗੂ ਕੀਤਾ ਜਾਵੇ ਅਤੇ ਸਾਡੇ ਕੋਲ ਜਿਹੜੇ ਬੱਚੇ ਉਹ ਵਾਪਸ ਕੀਤੇ ਜਾਣ ਤਾਂ ਕਿ ਅਸੀਂ ਆਪਣੇ ਸੈਂਟਰ ਦਾ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਵਾ ਉਹ ਚਲਾ ਸਕੀਏ। ਕੁਲਦੀਪ ਸਿੰਘ, ਦਿਵਯ ਪੰਜਾਬ ਟੀਵੀ, ਤਰਨ ਤਾਰਨ।